ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਤੇ ਅੱਜ ਹੈਗਾ ਜੀ ਅਪਰੰਡੇ ਦਾ ਦਿਨ ਤੇ ਮੈਂ ਇੱਧਰ ਜੀ ਸਵੇਰੇ ਸਵੇਰੇ ਫਟਾਫਟ ਮਸ਼ੀਨ ਲਾ ਲਈ ਹੈ ਕੱਪੜੇ ਫਟਾਫਟ ਧੋ ਲਏ ਨੇ ਆ ਦੇਖੋ ਜੀ ਧੋ ਕੇ ਸਾਰੇ ਕੱਪੜੇ ਮੰਜੇ ਦੇ ਉੱਤੇ ਰੱਖ ਦਿੱਤੇ ਨੇ ਤੇ ਨਾਲ ਦੀ ਨਾਲ ਇੱਥੋਂ ਸਫਾਈ ਵੀ ਕਰ ਲਈ ਹੈ ਅਤੇ ਉੱਧਰ ਕਿਚਨ ਦੇ ਵਿੱਚ ਜੀ ਆਪਾਂ ਆਲੂ ਵਗੈਰਾ ਉਬਾਲ ਕੇ ਰੱਖੇ ਹੋਏ ਨੇ ਅਤੇ ਕਿਚਨ ਦੀ ਥੋੜ੍ਹੀ ਜਿਹੀ ਸਫਾਈ ਕਰਨੀ ਹੈ ਬਾਕੀ ਇੱਥੋਂ ਸਾਰਾ ਮੈਂ ਫਰਸ਼ ਵਗੈਰਾ ਧੋ ਦਿੱਤਾ ਕੱਪੜੇ ਸੁੱਕਣੇ ਵੀ ਪਾ ਦਿੱਤੇ ਨੇ ਅਤੇ ਕੱਪੜਿਆਂ ਦਾ ਕੰਮ ਨਿਬੜ ਗਿਆ ਤਾਂ ਸਮਝੋ ਸਾਰਾ ਕੰਮ ਨਿਬੜ ਜਾਂਦਾ ਆਪਣਾ ਅਤੇ ਬਸ ਇੱਥੇ ਥੋੜ੍ਹਾ ਜਿਹਾ ਪੋਚਾ ਲਾਉਣਾ ਲੋਬੀ ਦੇ ਵਿੱਚੋਂ ਬਾਕੀ ਸਾਰੀ ਸਫਾਈ ਹੋ ਗਈ ਹੈ ਅਤੇ ਲਓ ਜੀ ਆਪਾਂ ਸਾਰਾ ਕੰਮ ਕੁੰਮ ਨਿਬੜ ਗਿਆ ਆਪਣਾ ਆਲੂ ਵਗੈਰਾ ਵੀ ਛਿੱਲ ਕੇ ਰੱਖ ਲਏ ਨੇ ਪਰੌਂਠਿਆਂ ਵਾਸਤੇ ਸੋਰੀ ਆਲੂ ਹਲੇ ਛਿੱਲਣੇ ਨੇ ਪਾਣੀ 'ਚੋਂ ਕੱਢ ਕੇ ਰੱਖੇ ਨੇ ਹਲੇ ਗਰਮ ਪਾਣੀ 'ਚੋਂ ਅਤੇ ਇੱਧਰ ਜੀ ਮੈਂ ਆਪਣੀ ਬਣਾਵਾਂਗੀ ਆਲੂ ਦੀ ਸਬਜ਼ੀ ਮੇਰਾ ਪਤਾ ਨਹੀਂ ਕਿਉਂ ਗਰਮੀ ਕਰਕੇ ਨਾ ਪਰੌਂਠੇ ਖਾਣ ਦਾ ਬਿਲਕੁਲ ਦਿਲ ਨਹੀਂ ਕਰਦਾ ਹੈਗਾ ਗਰਮੀ ਸੰਡੇ ਵਾਲੇ ਦਿਨ ਪਤਾ ਨਹੀਂ ਕਿਉਂ ਬਹੁਤ ਹੀ ਜ਼ਿਆਦਾ ਹੋਈ ਹੁੰਦੀ ਹੈ ਆਹ ਦੇਖੋ ਹਵਾ ਵੀ ਚੱਲਦੀ ਪਈ ਹੈ ਗਰਮੀ ਤਾਂ ਵੀ ਬਹੁਤ ਜ਼ਿਆਦਾ ਲੱਗਦੀ ਪਈ ਹੈ ਅਤੇ ਇੱਧਰ ਜੀ ਆਲੂ ਵਗੈਰਾ ਛਿੱਲ ਕੇ ਆਲੂ ਦੀ ਪਿੱਠੀ ਤਿਆਰ ਕਰ ਲਈ ਹੈ ਅਤੇ ਮੈਂ ਆਪਣੇ ਵਾਸਤੇ ਬਣਾਵਾਂਗੀ ਸਬਜ਼ੀ ਕੜਾਹੀ ਦੇ ਵਿੱਚ ਤੇਲ ਗਰਮ ਕਰ ਲਿਆ ਸੀ ਜੀਰਾ ਪਾਤਾ ਹੈ ਪਿਆਜ਼ ਅਦਰਕ ਲਸਣ ਹਰੀ ਮਿਰਚ ਅਤੇ ਟਮਾਟਰ ਨੂੰ ਮੋਟਾ ਮੋਟਾ ਪੀਸ ਲਿਆ ਸੀ ਹੱਥ ਵਾਲੀ ਮਸ਼ੀਨ ਨਾਲ ਅਤੇ ਗ੍ਰੇਵੀ ਵਾਲੇ ਆਲੂ ਬਣਾਵਾਂਗੀ ਆਪਣੇ ਲਈ ਲਓ ਜੀ ਸਬਜ਼ੀ ਵਗੈਰਾ ਵਿੱਚ ਪਾ ਤੀ ਹੈ ਲੂਣ ਮਿਰਚ ਪਾ ਕੇ ਅਤੇ ਸਬਜ਼ੀ ਨੂੰ ਆਣਗੇ ਉਬਾਲੇ ਅਤੇ ਇੱਧਰ ਮੈਂ ਨਾਲ ਦੀ ਨਾਲ ਬਣਾ ਕੇ ਦੇਵਾਂਗੀ ਇਹਨਾਂ ਨੂੰ ਸਾਰਿਆਂ ਨੂੰ ਗਰਮ ਗਰਮ ਪਰੌਂਠੇ ਆਲੂ ਵਾਲੇ ਅਤੇ ਹੁਣ ਜੀ ਹੈਗਾ ਰਾਤ ਦਾ ਟਾਈਮ ਡਿਨਰ ਦਾ ਅਤੇ ਇੱਧਰ ਜੀ ਮੈਂ ਦਾਲ ਨੂੰ ਲਾ ਰਹੀ ਸੀ ਤੜਕਾ ਅੱਜ ਮੈਂ ਤਵੇ ਵਾਲਾ ਤੜਕਾ ਲਾ ਰਹੀ ਹਾਂ ਦਾਲ ਨੂੰ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਦਾਲ ਤਵੇ ਵਾਲੇ ਤੜਕੇ ਨਾਲ ਤਵੇ ਦੇ ਉੱਤੇ ਮੈਂ ਤੇਲ ਵਗੈਰਾ ਪਾ ਕੇ ਗਰਮ ਕਰ ਲਿਆ ਸੀ ਜੀਰਾ ਵਗੈਰਾ ਪਿਆਜ਼ ਵਗੈਰਾ ਜਿਹੜਾ ਵੀ ਆਪਾਂ ਕੁਛ ਪਾਉਣਾ ਸੀਗਾ ਸਾਰਿਆਂ ਨੂੰ ਭੁੰਨ ਲਿਆ ਹੁਣ ਆਪਾਂ ਉਬਲਦੀ ਹੋਈ ਦਾਲ ਦੇ ਵਿੱਚ ਪਾ ਰਾਂਗੇ ਤੜਕਾ ਅਤੇ ਬਹੁਤ ਹੀ ਜ਼ਿਆਦਾ ਟੇਸਟ ਆ ਰਿਹਾ ਸੀ ਤਵੇ ਵਾਲੀ ਤੜਕੇ ਵਾਲੀ ਦਾਲ ਦਾ ਬਿਲਕੁਲ ਢਾਬੇ ਵਰਗੀ ਦਾਲ ਲੱਗਦੀ ਵੀ ਸੀ ਅਤੇ ਆਹ ਹੈਗਾ ਜੀ ਦੂਜੇ ਦਿਨ ਸੋਮਵਾਰ ਦਾ ਟਾਈਮ ਸਾਰਾ ਕੰਮ ਕੁੰਮ ਆਪਣਾ ਨਿਬੜ ਚੁੱਕਿਆ 9:30 ਵਜੇ ਦਾ ਟਾਈਮ ਹੋਣਾ ਅਤੇ ਮੈਂ ਜੀ ਸਾਰਾ ਕੰਮ ਕੁੰਮ ਨਿਬੇੜ ਕੇ ਨਹਾ ਨਹੂ ਕੇ ਅਤੇ ਹੁਣ ਚੱਲੇ ਹਾਂ ਜੀ ਆਪਾਂ ਮੰਦਰ ਆਹ ਦੇਖੋ ਕਿਚਨ ਦੀ ਵੀ ਸਾਰੇ ਪਾਸੋਂ ਸਾਰੀ ਸਫਾਈ ਵਗੈਰਾ ਹੋ ਗਈ ਹੈ ਹੁਣ ਆਪਾਂ ਆਰਾਮ ਨਾਲ ਜਾਵਾਂਗੇ ਬੇਫਿਕਰ ਹੋ ਕੇ ਮੰਦਰ ਮੱਥਾ ਟੇਕਾਂਗੇ ਲਓ ਜੀ ਇੱਧਰ ਜੀ ਮੈਂ ਮੰਦਰ ਆ ਗਈ ਸੀ ਮੰਦਰ ਆਉਣ ਤੋਂ ਬਾਅਦ ਜੀ ਮੈਂ ਵੀਡੀਓ ਤਾਂ ਸ਼ੂਟ ਕੀਤੀ ਸੀ ਪਰ ਪਤਾ ਨਹੀਂ ਕਿਉਂ ਟੋਟੇ ਸਾਰੇ ਕੱਟੇ ਗਏ ਮੇਰੇ ਕੋਲੋਂ ਬਸ ਇੱਕ ਫੋਟੋ ਰਹਿ ਗਈ ਹੈ ਮਾਤਾ ਦੀ ਆਈ ਮੈਂ ਫਿਰ ਤੁਹਾਡੇ ਨਾਲ ਸ਼ੇਅਰ ਕਰਦੀ ਪਈ ਹਾਂ ਅਤੇ ਮੰਦਰ ਤੋਂ ਬਾਅਦ ਜੀ ਆਪਾਂ ਆ ਗਏ ਸੀ ਘਰੇ ਘਰੇ ਆਉਣ ਤੋਂ ਬਾਅਦ ਸਬਜ਼ੀ ਵਗੈਰਾ ਬਣਾਈ ਅਤੇ ਰੋਟੀ ਰੋਟੀ ਦਾ ਮਤਲਬ ਕਿ ਆਪਾਂ ਕੰਮ ਕੀਤਾ ਸਾਰਾ ਦੁਪਹਿਰ ਦੀ ਅਤੇ ਅੱਜ ਯੁਵਰਾਜ ਵੀ ਛੇਤੀ ਆ ਗਿਆ ਸੀ ਕਿ ਅੱਜ 31 ਤਰੀਕ ਹੈ ਅਤੇ ਹਾਫ ਡੇ ਸੀ ਸਕੂਲ ਦੇ ਵਿੱਚ ਅਤੇ ਸਬਜ਼ੀ ਵਗੈਰਾ ਤਾਂ ਮੈਂ ਬਣਾ ਕੇ ਰੱਖ ਲਈ ਸੀਗੀ ਅਤੇ ਯੁਵਰਾਜ ਦੇ ਪਾਪਾ ਨੂੰ ਰੋਟੀ ਖਵਾ ਦਿੱਤੀ ਸੀਗੀ ਕਿਉਂਕਿ ਉਹਨਾਂ ਨੇ ਕੰਮ 'ਤੇ ਜਾਣਾ ਸੀਗਾ ਪਟਿਆਲੇ ਜਾਣਾ ਸੀ ਅੱਜ ਉਹਨਾਂ ਨੇ ਗੇੜਾ ਲੈ ਕੇ ਫਿਰ ਉਹਨਾਂ ਨੂੰ ਮੈਂ ਪਹਿਲਾਂ ਰੋਟੀ ਖਵਾ ਦਿੱਤੀ ਸੀਗੀ ਅਤੇ ਇੱਧਰ ਜੀ ਮੈਂ ਗੋਭੀ ਚੈੱਕ ਕਰਦੀ ਵੀ ਸੀਗੀ ਵੀ ਕੱਚੀ ਤਾਂ ਨਹੀਂ ਹੈਗੀ ਯੁਵਰਾਜ ਦੇ ਪਾਪਾ ਨੇ ਤਾਂ ਦੂਸਰੀ ਸਬਜ਼ੀ ਨਾਲ ਹੀ ਖਾ ਲਈ ਸੀ ਰੋਟੀ ਅਤੇ ਚਲੋ ਜੀ ਸਬਜ਼ੀ ਵਗੈਰਾ ਬਣ ਗਈ ਆਟਾ ਵਗੈਰਾ ਗੁੰਨ ਕੇ ਰੱਖ ਲਿਆ ਫੁਲਕੇ ਉਦੋਂ ਹੀ ਬਣਾਵਾਂਗੇ ਜਦੋਂ ਯੁਵਰਾਜ ਨਾਲ ਰੋਟੀ ਖਾਣੀ ਹੋਏਗੀ ਲਓ ਜੀ ਦੁਪਹਿਰ ਨੂੰ ਹੁਣ ਆਪਾਂ ਰੋਟੀ ਰੋਟੀ ਵੀ ਖਾ ਲਈ ਹੈ ਅਤੇ ਮੈਂ ਆਪਣੀ ਪਾ ਕੇ ਲਿਆਂਦੀ ਹੈ ਹੁਣ ਮੈਂ ਵੀ ਖਾਵਾਂਗੀ ਰੋਟੀ ਆਰਾਮ ਨਾਲ ਬਹਿ ਕੇ ਅਤੇ ਆਓ ਜੀ ਫਰੈਂਡ ਤੁਸੀਂ ਵੀ ਖਾ ਲਓ ਆਲੂ ਗੋਭੀ ਦੀ ਸਬਜ਼ੀ ਨਾਲ ਰਾਇਤਾ ਅਤੇ ਆਲੂ ਗੋਭੀ ਦੀ ਸਬਜ਼ੀ ਨਾ ਕਾਫੀ ਦਿਨਾਂ ਬਾਅਦ ਬਣਾਈ ਸੀ ਕਾਫੀ ਟੇਸਟੀ ਬਣੀ ਸੀ ਗੋਭੀ
ਤੇ ਲੋ ਜੀ ਇੱਧਰ ਯੁਵਰਾਜ ਦੇ ਪਾਪਾ ਵੀ ਆ ਗਏ ਨੇ। ਤੁਹਾਨੂੰ ਗੱਡੀ ਦੀ ਆਵਾਜ਼ ਸੁਣਦੀ ਹੋਊਗੀ ਪਟਿਆਲੇ ਤੋਂ। 12:30 ਵਜੇ ਦੇ ਗਏ ਸੀਗੇ ਤੇ ਹੁਣ 10 ਵਜੇ ਦਾ ਟਾਈਮ ਹੈ ਜਦੋਂ ਆਏ ਨੇ।